गुजरात दी क्लासा लग रही ने सवेरे सवेरे ऑनलाइन। ओके नेक्स्ट लाइन विल रीड हृदय पाल। चाह बना रही हूँ मैं जुगराज। हैलो जी, सत श्री अकाल, गुड मॉर्निंग। मैं हूं नवनीत संधू, तुसी सारे देख रहे हो संधू फैमिली ब्लॉग। किवें तुसी सारे? ठंड बहुत ज़्यादा हो गई है, धुप निकलती नहीं हैगी बिल्कुल भी। एक्चुअली मैंने समाने तो आए 1 वीक हो गया, मैं कोई ब्लॉग शूट नहीं किया क्योंकि मीह पैंदा रहा किन्नी देर, तो मीह तो बाद ठंड इन्नी वध गई, कोई बाहर नहीं गए, कितने नहीं गए, तो मैं बिल्कुल भी ब्लॉग शूट नहीं किया। जुगराज मैं बिजी हो गई सी, क्लासिस लगाने, ऑनलाइन क्लासिस लगन लग गई क्योंकि स्कूल बंद हो गए करोना करके। एक तो करोना पता नहीं कितों आ जाता इन्हों का हर वारी। चलो तो बस इन चाह दे के जुगराज के पापा नू, जुगराज की क्लास लग रही ने, मैं बस जा रही हूँ बाथ लैन, फिर उस तो बाद देखते हैं की करते हैं। ठीक है जी, कार उपर हाँ जी। सवेरे सवेरे गली च जे सी बी आ गई है क्योंकि साड़ी हुण गली बनन लगी है नवी सारी, तो सारी गली तोड़ रहे ने, तो जे सी बी लगी है, तो असी सारे जे सी बी नूं देख रहे हैं फ्री बैठे खड़े। हाँ जी, चाह बन रही है तो मैं दसना है, उस तो बाद असीं जा रहे हैं थोड़ा जहा मार्केट, थोड़ा समान समून लैन, तो मैं अपने वाल भी स्ट्रेट करा रही ने, देख दी कितों करानी हाँ, मैं वॉश कर लेने घर ही, तो बाकी चलते हैं, मैं तैयार भी हो जा चाह बना के जल्दी जल्दी। जुगराज बैठ गया विच फोन देख रहा है, आप वीडियो देख देख के हंस रहे हैं। बस असी भी चले हैं, गड्डी थोड़ी क्लीन कर रहे ने, मैं भी कोट पा लिया, मैं वॉल कराने से स्ट्रेट, तो इस करके मैं खुले छड़े ने, बस चलते हैं हुणे। ठंड बहुत लग रही है, धुप निकलती नहीं हैगी बिल्कुल ही। खड़ी सी नाल दी सेम।
ਕੋਈ ਦੱਸ ਦਿਓ ਰੋ ਕਿਹੜੀ ਆ ਨਹੀਂ ਜਿਹੜਾ ਪਰ ਇਹ ਸਾਈਜ਼ ਹੀ ਨਹੀਂ ਹੋਣਾ ਯਾਰ ਗ੍ਰੇ ਕਲਰ ਇਸ ਚ ਮਿਲ ਜਾਏਗਾ ਇੰਨਾ ਚਾਹੀਦਾ ਐਵੇਂ ਤੇ ਨਹੀਂ ਥੋੜੇ ਐਵੇਂ ਦੇ ਲੇਸਿਸ ਵਾਲੇ ਹੋਣ ਜਿਵੇਂ ਉਹ ਹੈ ਰੈੱਡ ਬਲੈਕ ਆਏਗਾ ਜੀ ਜੁਗਰਾਤ ਦੇ ਸ਼ੂਜ਼ ਹੀ ਨਹੀਂ ਮਿਲ ਰਹੇ ਅਸੀਂ ਜੁਗਰਾਤ ਦੇ ਸ਼ੂਜ਼ ਲੱਭੀ ਜਾ ਰਹੇ ਹਾਂ ਪਹਿਲਾਂ ਅਸੀਂ ਉੱਤਰ ਗਏ ਸੀ ਹੁਣ ਅਸੀਂ 22 ਨੰਬਰ 'ਤੇ ਆਏ ਹਾਂ ਇੱਥੇ ਵੀ ਕਈ ਦੁਕਾਨਾਂ 'ਤੇ ਫਿਰ ਲਏ ਪਰ ਜੁਗਰਾਤ ਦੇ ਸ਼ੂਜ਼ ਨਹੀਂ ਮਿਲ ਰਹੇ ਜੁਗਰਾਤ ਦੇ ਸ਼ੂਜ਼ ਲੱਭਦੇ ਲੱਭਦੇ ਥੱਕ ਗਏ ਹੁਣ ਕਿੰਨਾ 'ਤੇ ਜਾਣਾ ਕਿਹੜੇ ਨੇ ਹਾਂਜੀ ਜੁਗਰਾਤ ਦੇ ਸ਼ੂਜ਼ ਮਿਲ ਗਏ ਫਾਈਨਲੀ ਹੈ ਅਤੇ ਹੁਣ ਅਸੀਂ ਚੱਲੇ ਹਾਂ ਮੈਂ 21 ਨੰਬਰ ਵਾਲੇ 'ਤੇ ਚੱਲਦੇ ਹਾਂ ਜੁਗਰਾਤ ਦੀ ਕਟਿੰਗ ਕਰਾਉਣੀ ਹੈ ਮੈਂ ਆਪਣੇ ਵਾਲ ਸਟ੍ਰੇਟ ਕਰਾਉਣੇ ਨੇ ਵੱਜ ਚੁੱਕੇ ਨੇ 6:30 ਸ਼ਾਮ ਦੇ ਠੰਡ ਚਲੋ ਦੇਖਦੇ ਹਾਂ ਕਿੱਥੇ ਜਾਣਾ ਸਟ੍ਰੇਟ ਕਰਾ ਲਏ ਨੇ ਆਪਣੇ ਅਤੇ ਕਾਹਦੀ ਤਿਆਰੀ ਕਰ ਰਹੇ ਹਾਂ ਫੰਕਸ਼ਨ 'ਤੇ ਜਾਣ ਦੀ ਉਹ ਫੰਕਸ਼ਨ ਵੀ ਤੁਹਾਨੂੰ ਮੈਂ ਦਿਖਾਵਾਂਗੀ ਹੁਣ ਮੈਂ ਵਾਲ ਸਟ੍ਰੇਟ ਕਰ ਲਏ ਨੇ ਜੁਗਰਾਤ ਦੀ ਕਟਿੰਗ ਹੋ ਰਹੀ ਹੈ ਮੈਂ ਇਹਨਾਂ ਦੀ ਵੇਟ ਕਰ ਰਹੀ ਹਾਂ ਜੁਗਰਾਤ ਦੀ ਕਟਿੰਗ ਕਿਤੇ ਹੋਰ ਹੋ ਰਹੀ ਹੈ ਅਤੇ ਫਿਰ ਮੈਂ ਜਾਂਦੀ ਹਾਂ ਘਰ ਫਿਰ ਜਾਣਾ ਘਰ ਥੋੜ੍ਹੀ ਦੇਰ ਵੇਟ ਕਰਦੇ ਹਾਂ 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 ਉਹ ਕਹਿੰਦੇ ਜਿੰਨੀ ਦੇਰ ਤੁਸੀਂ ਹੇਅਰ ਵਾਸ਼ ਨਹੀਂ ਨਾ ਕਰਦੇ ਉੱਨੀ ਦੇਰ ਮੈਂ ਸੋਚ ਰਹੀ ਹਾਂ ਕੱਲ੍ਹ ਮੈਂ ਖੁੱਲ੍ਹੇ ਵਾਲਾਂ ਦੇ ਹੇਅਰ ਐਂ ਲੱਗਦਾ ਜੀ ਰਿਬੋਂਡਿੰਗ ਕਰਾਉਣੀ ਹੁੰਦੀ ਹੈ ਕਹਿੰਦੇ ਰਿਬੋਂਡਿੰਗ ਨਹੀਂ ਹੁੰਦੀ ਹੁਣ ਸਮੂਥਿੰਗ ਹੁੰਦੀ ਹੈ ਸਮੂਥਿੰਗ ਨਹੀਂ ਹੁੰਦੀ ਸਮੂਥਿੰਗ ਚਲੋ ਚੱਲੀਏ ਜੁਗਰਾਤ ਦੀ ਹੋ ਗਈ ਕਟਿੰਗ ਵਾਲ ਖੜੇ ਕਰਾ ਲੇ ਪਿੱਛੋਂ ਇੱਧਰ ਉਹਦੀ ਦਿਖਾ ਨਾ ਕਟਿੰਗ ਅੱਛੀ ਹੋ ਗਈ ਕਟਿੰਗ ਬਹੁਤ ਅੱਛੀ ਮਾਸਟਰ ਤੂੰ ਕਰਵਾਈ ਸੀ ਬਹੁਤ ਅੱਛੀ ਨਾਈਸ ਨਾਈਸ ਹਾਂ ਹਾਂ ਰਹਿਣ ਹਾਂਜੀ ਅਸੀਂ ਘਰ ਆ ਚੁੱਕੇ ਹਾਂ ਅਤੇ ਮੰਮਾ ਰਾਨੂੰ ਇਹਨਾਂ ਨੂੰ ਚਾਹ ਦੇ ਰਹੀ ਹਾਂ ਜੁਗਰਾਜ ਨੇ ਵੀ ਚਾਹ ਪੀਣੀ ਸੀ ਹਜੇ ਜਾ ਰਹੇ ਹਾਂ ਫਿਰ ਦੁਬਾਰਾ ਅੱਜ ਗੁਰਦੁਆਰਾ ਸਾਹਿਬ ਨਹੀਂ ਜਾਇਆ ਗਿਆ ਕਿਉਂਕਿ ਲੇਟ ਹੋ ਗਏ ਕਾਫੀ ਜੁਗਰਾਜ ਦੀ ਕਟਿੰਗ ਦਾ ਟਾਈਮ ਲੱਗ ਗਿਆ ਮੇਰੇ ਹੇਅਰ ਸਟ੍ਰੇਟਨਰ 'ਤੇ ਕੰਮ ਕਾਫੀ ਲੱਗ ਗਿਆ ਟਾਈਮ ਅਤੇ ਹੁਣ ਜਾਣਾ ਥੋੜ੍ਹਾ ਘਰ ਦਾ ਸਮਾਨ ਲੈਣ ਉਹ ਵੀ ਬਹੁਤ ਜ਼ਰੂਰੀ ਹੈ ਇਹ ਕਹਿੰਦੇ ਚਾਹ ਪੀਣੀ ਹੈ ਪਹਿਲਾਂ ਇਸ ਕਰਕੇ ਹੁਣ ਘਰ ਚਾਹ ਪੀਣਾ ਆ ਫਿਰ ਉਸ ਤੋਂ ਬਾਅਦ ਫਿਰ ਚੱਲੇ ਹਾਂ ਫਿਰ ਆ ਕੇ ਦੇਖਦੇ ਹਾਂ ਰੋਟੀ ਖਾਂਦੇ ਆ ਕੇ ਅਤੇ ਬਸ ਇਹਨਾਂ ਨੂੰ ਚਾਹ ਪੀ ਲਈਏ ਫਿਰ ਚੱਲਦੇ ਹਾਂ ਜੁਗਰਾਤ ਦੀ ਚਾਹ ਠੰਡੀ ਕਰ ਰਹੀ ਸੀ ਗਰਮ ਨਹੀਂ ਪੈਂਦਾ ਬਸ ਫਿਰ ਚੱਲਦੇ ਹਾਂ ਮੈਂ ਵਾਲ ਨੂੰ ਥੋੜ੍ਹੇ ਜਿਹੇ ਨੋਟ ਕਰ ਲਏ ਅੱਗੇ ਆਈ ਜਾ ਰਹੀ ਸੀ ਮੇਰੇ ਵਾਲ ਕਟਿੰਗ ਤਾਂ ਮੈਂ ਕੁਝ ਪਹਿਲਾਂ ਉਦੋਂ ਕਰਵਾਈ ਸੀ ਸਿਰਫ ਮੈਂ ਸਟ੍ਰੇਟ ਕਰਾਉਣੇ ਵਾਲ ਠੀਕ ਹੈ ਜੀ ਜਾਣਾ ਬ੍ਰਦਰ ਦੀ ਰਿੰਗ ਸੈਰਮਨੀ ਅਤੇ ਉਹਦੀ ਤਿਆਰੀ ਕਰ ਰਹੇ ਸੀ ਅੱਜ ਉਹਦੇ ਪਿੱਛੇ ਭੱਜੇ ਫਿਰਦੇ ਸੀ ਕੱਪੜੇ ਪ੍ਰੈੱਸ ਕਰਾਉਣੇ ਇਹਨਾਂ ਨੇ ਕੋਟ ਪੈਂਟ ਪ੍ਰੈੱਸ ਕਰਾਇਆ ਪਹਿਲਾਂ ਮੈਂ ਵੀ ਸੂਟ ਪ੍ਰੈੱਸ ਕਰਨਾ ਰਾਤ ਨੂੰ ਹਜੇ ਮੈਂ ਨੇਲ ਪੇਂਟ ਵੀ ਲਗਾਉਣੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਬਹੁਤ ਕੰਮ ਨੇ
ਸਬਜ਼ੀਆਂ ਪਾ ਕੇ ਲੈ ਆਏ ਆ ਖਾਣ ਲਈ ਉਹ ਪਲਾਟ ਪੂਰੀ ਤੰਦੂਰੀ ਦਾਲ ਮੱਖਣੀ ਨਾਲ ਪਨੀਰ ਖੜਾ ਸ਼ਾਹੀ ਤੇ ਮੈਨੇ ਦਾਲ ਮੱਖਣੀ ਪਾ ਦੋ ਉਸ ਤੇ ਮਸਾਲਾ ਪਾ ਦੋ ਬਰੈਡੀ ਖਾ ਲਈ ਉਸ ਤੋਂ ਬਾਅਦ ਇੱਕ ਕੱਪ ਕੋਲਡ ਡਰਿੰਕ खत्म कर दी कि ज्यादा लंबा ना हो जाए व्लॉग। गुड नाइट, सी यू, बाय बाय।